ਕਿਸੇ ਵੀ ਕੰਮ ਜਾਂ ਬਿਜ਼ਨਸ ਨੂੰ ਸਟਾਰਟ ਕਰਨ ਦਾ ਪਰਫੈਕਟ ਟਾਈਮ ਪਤਾ ਕਿਹੜਾ? ਜਾਂ ਤਾਂ ਸੀਗਾ ਅੱਜ ਤੋਂ 10 ਸਾਲ ਪਹਿਲਾਂ ਦਾ, ਜਾਂ ਦੂਜਾ ਪਰਫੈਕਟ ਟਾਈਮ ਹੈਗਾ ਅੱਜ ਦਾ। ਆਪਾਂ ਨਾ 2020 'ਚ ਡੇਅਰੀ ਫਾਰਮ ਸਟਾਰਟ ਕੀਤਾ ਸੀਗਾ, ਅਤੇ ਮੈਂ 2020 ਦਾ ਸੋਚ ਰਿਹਾ ਆਪਣੇ ਬਿਜ਼ਨਸ ਲਈ ਯੂਟਿਊਬ ਚੈਨਲ ਅਤੇ ਇੰਸਟਾਗ੍ਰਾਮ ਅਕਾਊਂਟ ਬਣਾਉਣ ਦਾ। ਪਰ ਮੈਂ ਯੂਟਿਊਬ ਚੈਨਲ ਜਾ ਕੇ ਬਣਾਇਆ 2022 ਦੇ ਦਸੰਬਰ 'ਚ, ਅਤੇ ਇੰਸਟਾਗ੍ਰਾਮ 2023 ਦੇ ਮਾਰਚ 'ਚ। ਮੈਂ 2020-21-22 ਵੇਸਟ ਕੀਤਾ ਆਪਣੇ ਆਪ ਨੂੰ ਇਹ ਬਹਾਨੇ ਦੇ ਕੇ ਵੀ ਯਾਰ ਹਲੇ ਫਾਰਮ ਛੋਟਾ, ਹਲੇ ਸਾਫ਼ ਸਫਾਈ ਨਹੀਂ ਹੈਗੀ ਪ੍ਰੋਪਰ, ਹਲੇ ਮੇਰੇ ਕੋਲ ਕੈਮਰਾ ਨਹੀਂ ਹੈਗਾ, ਹਲੇ ਫੋਨ 'ਚ ਜਗ੍ਹਾ ਨਹੀਂ ਹੈਗੀ, ਹਲੇ ਮੇਰੇ ਕੋਲ ਟਾਈਮ ਨਹੀਂ ਹੈਗਾ। ਪਰ ਇਹ ਸਾਰੇ ਬਹਾਨੇ ਸੀਗੇ, ਅਤੇ ਜਦ ਬਹਾਨੇ ਛੱਡ ਕੇ ਕੰਮ ਸਟਾਰਟ ਕੀਤਾ, 5 ਕੁ ਮਹੀਨਿਆਂ 'ਚ ਆਪਣੇ ਕੋਲ ਯੂਟਿਊਬ 'ਤੇ 11,000 ਸਬਸਕ੍ਰਾਈਬਰ ਨੇ, ਅਤੇ 40 ਕੁ ਦਿਨਾਂ 'ਚ ਆਪਣੇ ਕੋਲ ਇੰਸਟਾਗ੍ਰਾਮ 'ਤੇ 1 ਲੱਖ ਹੋ ਗਏ ਸੀਗੇ। ਸੋ ਹੁਣ ਮੈਂ ਸੋਚਦਾ ਵੀ ਯਾਰ ਕਾਸ਼ 2020 'ਚ ਸਟਾਰਟ ਕਰ ਦਿੰਦਾ, ਅੱਜ ਕਿੱਥੇ ਦਾ ਕਿੱਥੇ ਹੁੰਦਾ, ਐਵੇਂ 3 ਸਾਲ ਵੇਸਟ ਕੀਤੇ। ਯਾਰ ਜੇ ਆਪਣੇ ਕੋਲ ਕੋਈ ਆਈਡੀਆ ਨਾ, ਤਾਂ ਉਹਨੂੰ ਐਗਜੀਕਿਊਟ ਕਰਨ 'ਚ 1 ਰੁਪਿਆ ਨਹੀਂ ਲੱਗਣਾ ਹੈਗਾ, ਫਿਰ ਆਪਾਂ ਕਿਉਂ ਬਹਾਨੇ ਲਗਾ ਰਹੇ ਹਾਂ? ਵੱਧੋ ਵੱਧ ਕੀ ਹੋਜੂਗਾ? ਆਈਡੀਆ ਨਹੀਂ ਚੱਲੂਗਾ, ਟਾਈਮ ਵੇਸਟ ਕਰਕੇ ਕਿਹੜਾ ਕੁਛ ਹੋ ਰਿਹਾ? ਜੇ ਆਪਾਂ ਸਟਾਰਟ ਕਰਾਂਗੇ ਘੱਟੋ ਘੱਟ ਕੁਛ ਸਿੱਖਣ ਨੂੰ ਤਾਂ ਮਿਲੂਗਾ। ਸੋ ਬਹਾਨੇ ਜਾਂ ਗਰੋਥ, ਤੁਹਾਡੀ ਚੋਇਸ ਆ, ਤੁਸੀਂ ਕੀ ਚੂਜ਼ ਕਰਨਾ।